ਕਿੱਦਾਂ ਤੁਸੀਂ ਸਾਰੇ ਆਏ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਜਿੱਦਾਂ ਕਿ ਆਪਾਂ ਹੁਣ ਦੀਵਾਲੀ ਚੱਲ ਰਹੀ ਹੈ ਅਤੇ ਆਪਾਂ ਨੇ ਪਹਿਲਾਂ ਇੱਕ ਵੀਡੀਓ ਪੋਸਟ ਕੀਤੀ ਸੀ ਜੇ ਤੁਹਾਨੂੰ ਨਹੀਂ ਦੇਖੀ ਤਾਂ ਉਹ ਜਾ ਕੇ ਵੇਖ ਲਓ ਅਤੇ ਹੁਣ ਆਪਾਂ ਕੀ ਕਰਾਂਗੇ ਆਪਣੇ ਕੋਲ ਨਵੀਂ ਵੀਡੀਓ ਹੈ ਅਤੇ ਇਸਦੇ ਵਿੱਚ ਆਪਣੇ ਕੋਲ ਆ ਦੇਖ ਸਕਦੇ ਤੁਸੀਂ ਮਿਸਾਈਲਾਂ ਹੁੰਦੀਆਂ ਨੇ ਇਹ ਮਿਸਾਈਲਾਂ ਨੂੰ ਆਪਾਂ ਚੱਕਰੀ ਦੇ ਆਲੇ ਦੁਆਲੇ ਰੱਖ ਕੇ ਇਸਨੂੰ ਚਲਾਵਾਂਗੇ ਅਤੇ ਵੇਖਾਂਗੇ ਕਿੱਦਾਂ ਦਾ ਮਤਲਬ ਮਾਹੌਲ ਕ੍ਰੀਏਟ ਹੁੰਦਾ ਹੈ ਅਤੇ ਵੀਡੀਓ 'ਚ ਜੁੜੇ ਰਹੀਓ ਜੇ ਤੁਸੀਂ ਸਾਡੇ ਚੈਨਲ 'ਤੇ ਨਏ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਤਾਂ ਚਲੋ ਦੋਸਤੋ ਆਪਾਂ ਉੱਪਰ ਜਾ ਕੇ ਚਲਾਵਾਂਗੇ ਤਾਂ ਚਲੋ ਸਟਾਰਟ ਕਰਦੇ ਹਾਂ ਤੁਹਾਨੂੰ ਨਹੀਂ ਵੀਰੇ ਹੁਣ ਆਪਾਂ ਕੀ ਕਰ ਰਹੇ ਹਾਂ ਆਡੀਅੰਸ ਨੂੰ ਦੱਸੋ ਤਾਂ ਦੇਖ ਸਕਦੇ ਹੋ ਤੁਸੀਂ ਆਪਾਂ ਹੁਣ ਕੀ ਕਰ ਰਹੇ ਹਾਂ ਆਪਣੇ ਕੋਲ ਚੱਕਰੀ ਹੈ ਆਪਾਂ ਇਹਨੂੰ ਵਿੱਚ ਰੱਖਾਂਗੇ ਅਤੇ ਮਿਸਾਈਲਾਂ ਆਪਾਂ ਨੇ ਸਾਈਡ 'ਤੇ ਰੱਖੀਆਂ ਨੇ ਦੇਖੋ ਇੱਦਾਂ ਜਦੋਂ ਆਪਾਂ ਚੱਕਰੀ ਨੂੰ ਅੱਗ ਲਾਵਾਂਗੇ ਤਾਂ ਇਹ ਘੁੰਮੂਗੀ ਅਤੇ ਮਿਸਾਈਲ ਨੇ ਜਿਹੜੀਆਂ ਇਹ ਭੱਜਦੀਆਂ ਨੇ ਅਤੇ ਇਹ ਭੱਜਣਗੀਆਂ ਤਾਂ ਚਲੋ ਆਪਾਂ ਇਸਨੂੰ ਸਟਾਰਟ ਕਰਦੇ ਹਾਂ ਮੈਨੂੰ ਬਾਲੀ ਐਕਸਾਈਟਮੈਂਟ ਹੋ ਰਹੀ ਹੈ ਮੈਨੂੰ ਵੀ ਬਹੁਤ ਹੋ ਰਹੀ ਹੈ ਐਕਸਾਈਟਮੈਂਟ ਤਾਂ ਚਲੋ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਤਾਂ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚਲੋ ਠੀਕ ਹੈ ਹੈਲੋ ਦੋਸਤੋ ਤਾਂ ਕਿੱਦਾਂ ਤੁਸੀਂ ਸਾਰੇ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਫਿਰ ਤੋਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਹੈ ਇੱਕ ਅਨਾਰ ਅਤੇ ਇੱਕ ਹੈ ਚੱਕਰੀ ਤਾਂ ਆਪਾਂ ਕੀ ਕਰਾਂਗੇ ਇਹਨਾਂ ਨੂੰ ਚੱਕਰੀ ਦੇ ਉੱਪਰ ਆਪਾਂ ਅਨਾਰ ਨੂੰ ਇਸ ਤਰ੍ਹਾਂ ਆਹ ਮੇਰੇ ਕੋਲ ਦੇਖ ਸਕਦੇ ਹੋ ਗਲੂ ਹੈਗੀ ਹੈ ਇਹ ਚੰਗੀ ਤਰ੍ਹਾਂ ਇਹਨਾਂ ਨੂੰ ਪੇਸਟ ਕਰ ਦੂਗੀ ਅਤੇ ਆਪਾਂ ਇਸਨੂੰ ਇਸ 'ਤੇ ਪੇਸਟ ਕਰਕੇ ਫਿਰ ਆਪਾਂ ਅਨਾਰ ਨੂੰ ਵੀ ਚਲਾ ਦੇਵਾਂਗੇ ਅਤੇ ਚੱਕਰੀ ਨੂੰ ਵੀ ਚਲਾ ਦੇਵਾਂਗੇ ਅਤੇ ਫਿਰ ਦੇਖਾਂਗੇ ਵੀ ਕਿੱਦਾਂ ਦਾ ਇੱਥੇ ਨਜ਼ਾਰਾ ਇਹਦਾ ਕ੍ਰੀਏਟ ਹੁੰਦਾ ਹੈਗਾ ਤਾਂ ਚਲੋ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਚਲੋ ਸਟਾਰਟ ਕਰਦੇ ਹਾਂ ਤਾਂ ਦੇਖ ਸਕਦੇ ਹੋ ਦੋਸਤੋ ਤੁਸੀਂ ਮੈਨੇ ਇਸ ਨੂੰ ਅਨਾਰ ਨੂੰ ਇਸ ਚੱਕਰੀ 'ਤੇ ਇਸ
ਗਲੂ ਦੀ ਮਦਦ ਨਾਲ ਪੇਸਟ ਕਰ ਲਿਆ ਚੰਗੀ ਤਰ੍ਹਾਂ ਇਸਨੂੰ ਪੇਸਟ ਕਰ ਲਿਆ ਆਪਾਂ ਇਹ 'ਤੇ ਤਾਂ ਚਲੋ ਹੁਣ ਆਪਾਂ ਇਸਨੂੰ ਇਸ ਦੇ ਨਾਲ ਹੰਟਰ ਦੇ ਨਾਲ ਆਪਾਂ ਇਸਨੂੰ ਅੱਗ ਲਾਵਾਂਗੇ ਇਹਨੂੰ ਹੰਟਰ ਵੀ ਕਹਿੰਦੇ ਨੇ ਅਤੇ ਫੁਲਚੜੀ ਵੀ ਕਹਿ ਲਓ ਚਾਹੇ ਅਤੇ ਇਸ ਦੇ ਨਾਲ ਅੱਗ ਛੇਤੀ ਲੱਗ ਜੂਗੀ ਅਤੇ ਆਪਾਂ ਇਸਨੂੰ ਇਸ ਦੇ ਨਾਲ ਲਾਵਾਂਗੇ ਕਿਉਂਕਿ ਅਨਾਰ ਨੂੰ ਚੱਕਰੀ ਨੂੰ ਲੱਗਣ 'ਤੇ ਟਾਈਮ ਲੱਗਦਾ ਅੱਗ ਅਨਾਰ ਨੂੰ ਹਾਲਾਂਕਿ ਜਲਦੀ ਲੱਗ ਜਾਂਦੀ ਹੈ ਤਾਂ ਚਲੋ ਆਪਾਂ ਇਸਨੂੰ ਸਟਾਰਟ ਕਰਦੇ ਹਾਂ ਤਾਂ ਚਲੋ ਦੋਸਤੋ ਸਟਾਰਟ ਕਰਦੇ ਹਾਂ ਦੋਸਤੋ ਪਹਿਲਾਂ ਆਪਾਂ ਚੱਕਰੀ ਨੂੰ ਅੱਗ ਲਾਵਾਂਗੇ ਅਤੇ ਫਿਰ ਆਪਾਂ ਅਨਾਰ ਨੂੰ ਅੱਗ ਲਾਵਾਂਗੇ ਦੇਖ ਸਕਦੇ ਦੋਸਤੋ ਮੈਨੇ ਜੀ ਬੱਤੀ ਛਿੱਲੀ ਹੈ ਤਾਂ ਦੇਖ ਸਕਦੇ ਦੋਸਤੋ ਇਹ ਇੱਦਾਂ ਚੱਲਿਆ ਕਿ ਅਨਾਰ ਹੈ ਜੋ ਪਹਿਲਾਂ ਮੱਚ ਗਿਆ ਅਤੇ ਚੱਕਰੀ ਹੈ ਜੋ ਉਹ ਬਾਅਦ ਵਿੱਚ ਚੱਲਦੀ ਰਹੀ ਬਾਅਦ ਤੱਕ ਤਾਂ ਚਲੋ ਆਪਾਂ ਇਸਨੂੰ ਸਟਾਰਟ ਕਰਦੇ ਹਾਂ ਕੰਪਲੀਟ ਕਰਦੇ ਹਾਂ ਤਾਂ ਵੀਡੀਓ ਪਸੰਦ ਆਏ ਤਾਂ ਵੀਡੀਓ ਲਾਈਕ ਕਰੋ ਅਤੇ ਆਪਾਂ ਫਿਰ ਤੋਂ ਮਿਲਾਂਗੇ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਦੇ ਵਿੱਚ ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਵੀਡੀਓ ਨੂੰ ਹੋਰ ਇੰਟਰਸਟਿੰਗ ਕਰਾਂਗੇ